ਪਿਆਰ ਭਾਈ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤੁਹਾਡਾ ਆਪਣਾ ਸਰਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟ੍ਰੈਵਲ ਚੈਨਲ ਤੇ ਸਵਾਗਤ ਕਰਦੇ ਹਾਂ ਜੀ। ਅੱਜ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਨਾਨਕ ਝੀਰਾ ਸਾਹਿਬ ਨੂੰ ਜੀ। ਜਿਹੜੇ ਜਿਹੜੇ ਰਸਤੇ ਦੇ ਵਿੱਚ ਸਥਾਨ ਆਉਣਗੇ ਆਪਾਂ ਸਾਰਿਆਂ ਦਰਸ਼ਨ ਕਰਦੇ ਜਾਵਾਂਗੇ ਜੀ। ਇਸ ਪੂਰੀ ਪਲੇਲਿਸਟ ਨੂੰ ਸਾਡੀ ਹਜ਼ੂਰ ਸਾਹਿਬ ਵਾਲੀ ਨੂੰ ਜ਼ਰੂਰ ਦੇਖਿਓ ਜੀ। ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ, ਕਮੈਂਟ ਥੱਲੇ ਜ਼ਰੂਰ ਕਰਿਓ, ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਜੀ। ਆਓ ਜੀ ਹੁਣ ਆਪਾਂ ਦਰਸ਼ਨ ਕਰਦੇ ਹਾਂ, ਬਣੇ ਰਹੋ ਸਾਰੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਟੈਂਪੂ ਟਰੈਵਲਾਂ ਚੱਲਦੀਆਂ ਨੇ ਜੀ ਬਾਬਾ ਨਿਧਾਨ ਸਿੰਘ ਜੀ ਦੇ ਲੰਗਰ ਹਾਲ ਦੇ ਬਾਹਰੋਂ ਗੁਰਦੁਆਰਾ ਸਾਹਿਬ ਦੇ ਬਾਹਰੋਂ ਜੀ। ਅਤੇ ਇਹ ਕੀਤੀ ਟੈਂਪੂ ਟਰੈਵਲ ਅਸੀਂ ਜੀ ਜਾ ਰਹੇ ਹਾਂ ਜੀ ਅੱਜ ਨਾਨਕ ਝੀਰਾ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ 'ਤੇ ਦਰਸ਼ਨ ਕਰਨ। ਸਵਾਰੀਆਂ ਸਾਡੀਆਂ ਬੈਠ ਚੁੱਕੀਆਂ ਨੇ ਗੱਡੀ ਦੇ ਵਿੱਚ ਜੀ। ਇਹ ਸਾਡਾ ਡਰਾਈਵਰ ਸਾਹਿਬ ਆ ਅਤੇ ਆਹ ਸਾਡੀਆਂ ਸਵਾਰੀਆਂ। ਅੱਜ ਸਾਰਾ ਦਿਨ ਨਾਨਕ ਝੀਰੇ ਸਾਹਿਬ ਵੇਖਿਆ ਜੀ, ਦਰਸ਼ਨ ਕਰਾਂਗੇ ਆਪਾਂ। 300 ਰੁਪਈਆ ਪਰ ਸਵਾਰੀ ਲੈਂਦੇ ਨੇ ਜੀ ਇਹ, ਅਤੇ ਹੁਣ ਚੱਲਣਗੇ ਜਾਣੀ ਸਾਰਾ ਦਿਨ ਲੱਗ ਜਾਂਦਾ ਆ, ਦਰਸ਼ਨ ਕਰਕੇ ਆਵਾਂਗੇ। ਰਾਹ ਦੇ ਵਿੱਚ ਵੀ ਜਿੰਨੇ ਸਥਾਨ ਨੇ ਉਹ ਵੀ ਇਹ ਦਰਸ਼ਨ ਕਰਾਉਣਗੇ ਗੁਰਦੁਆਰਾ ਸਾਹਿਬ ਦੇ। ਅਤੇ ਜਾ ਰਹੇ ਹਾਂ ਜੀ ਅਸੀਂ ਅੱਜ ਨਾਨਕ ਝੀਰਾ ਸਾਹਿਬ ਵਿਖੇ ਜੀ। ਆਪਾਂ ਨਾ ਜਦੋਂ ਨਾਨਕ ਝੀਰਾ ਸਾਹਿਬ ਵੱਲ ਨੂੰ ਜਾਂਦੇ ਹਾਂ, ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ, ਇਸ ਏਰੀਏ ਦੇ ਵਿੱਚ ਨਾ ਜ਼ਮੀਨ ਪਥਰੀਲੀ ਹੋਣ ਕਰਕੇ ਬਹੁਤ ਜ਼ਿਆਦਾ ਖਾਲੀ ਪਈ ਆ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲੇ ਸੋਨੇਹਾ। ਚੰਗੀ ਤਰ੍ਹਾਂ ਹੱਥ ਪੈਰ ਧੋ ਕੇ ਜੀ ਆਪਾਂ ਚੱਲਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਜੀ। ਆਪਾਂ ਗੁਰਦੁਆਰਾ ਲੰਗਰ ਸਾਹਿਬ ਤੋਂ ਚੱਲੇ ਸੀ ਜੀ, ਪਹਿਲੇ ਸਥਾਨ 'ਤੇ ਪੁੱਜੇ ਹਾਂ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦਾ ਨਾਮ 'ਤੇ ਸਥਾਨ ਬਣਿਆ ਹੋਇਆ ਜੀ। ਬਹੁਤ ਪੁਰਾਣਾ ਇਤਿਹਾਸਿਕ ਸਥਾਨ ਆ ਜੀ ਇਹ।
ਤੇ ਸੰਗਤਾਂ ਇਸ ਜਗ੍ਹਾ ਦੇ ਉੱਤੇ ਪਹਿਲਾਂ ਪੜਾਅ ਕਰਦੀਆਂ ਨੇ ਜੀ, ਪ੍ਰਸ਼ਾਦਾ ਪਾਣੀ ਛਕਦੀਆਂ ਨੇ। ਅੱਜ ਆਪਾਂ ਦਰਸ਼ਨ ਕਰਦੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਜੇਕਰ ਤੁਸੀਂ ਸਾਡੀ ਪਿਛਲੀਆਂ ਅਬਚਲ ਨਗਰ ਨੰਦੇੜ ਮਹਾਰਾਸ਼ਟਰ ਦੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਵੀ ਜਾ ਕੇ ਸਾਡੇ ਚੈਨਲ 'ਤੇ ਜ਼ਰੂਰ ਦੇਖ ਲਿਓ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਉ, ਵੀਡੀਓ ਨੂੰ ਲਾਈਕ ਕਰ ਦਿਉ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਆਓ ਜੀ ਹੁਣ ਆਪਾਂ ਚੱਲਦੇ ਹਾਂ ਗੁਰੂ ਕੀ ਲੰਗਰਾਂ ਵੱਲੋਂ ਜੀ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਨਾਮ ਦੇ ਉੱਤੇ ਬਣੇ ਹੋਏ ਇਸ ਸਥਾਨ ਦੇ ਉੱਤੇ ਜੀ ਛੱਤ ਦੇ ਉੱਤੇ ਜਹਾਜ਼ ਦਾ ਮਾਡਲ ਖੜ੍ਹਾ ਕੀਤਾ ਹੋਇਆ ਆ ਜੀ। ਇਸ ਜਹਾਜ਼ ਨੂੰ ਜੀ ਸਿੱਖ ਅਜਾਇਬ ਘਰ ਦਾ ਰੂਪ ਦਿੱਤਾ ਹੋਇਆ ਆ। ਜਦੋਂ ਵੀ ਤੁਸੀਂ ਇਸ ਜਹਾਜ਼ ਨੂੰ ਇਸ ਅਜਾਇਬ ਘਰ ਨੂੰ ਦੇਖਣ ਜਾਵੋ ਤਾਂ ਸਿਰ ਜ਼ਰੂਰ ਢੱਕ ਲਿਓ ਜੀ, ਹੱਥ ਪੈਰ ਚੰਗੀ ਤਰ੍ਹਾਂ ਧੋ ਲਿਓ ਜੀ। ਆਜੋ ਹੁਣ ਆਪਾਂ ਚੱਲਦੇ ਹਾਂ ਇਸ ਜਹਾਜ਼ ਨੂੰ ਇਸ ਅਜਾਇਬ ਘਰ ਨੂੰ ਦੇਖਦੇ ਹਾਂ ਜੀ, ਜੋ ਕਿ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਵੱਡਾ ਬਣਾਇਆ ਹੋਇਆ ਆ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਉ, ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਉ। ਇਸ ਅਜਾਇਬ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਸਾਕਾ ਸਰਹੰਦ, ਸਾਕਾ ਚਮਕੌਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ, ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਜੀ, ਹੋਰ ਵੀ ਜਿਹੜੀਆਂ ਸ਼ਹੀਦੀਆਂ ਆਪਣੇ ਸਿੱਖ ਧਰਮ ਵਿੱਚ ਹੋਈਆਂ ਨੇ ਉਹਨਾਂ ਨੂੰ ਦਰਸਾਉਂਦੀਆਂ ਹੋਈਆਂ ਤਸਵੀਰਾਂ ਇਸ ਸਿੱਖ ਅਜਾਇਬ ਘਰ ਵਿੱਚ ਇਸ ਜਹਾਜ਼ ਦੇ ਵਿੱਚ ਜੀ ਲੱਗੀਆਂ ਹੋਈਆਂ ਨੇ। ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਬਹੁਤ ਕੁਰਬਾਨੀਆਂ ਹੋਈਆਂ ਨੇ ਆਪਣੇ ਸਿੱਖ ਧਰਮ ਦੇ ਵਿੱਚ ਜੀ ਉਹਨਾਂ ਨੂੰ ਦਰਸਾਉਂਦੀਆਂ ਹੋਈਆਂ ਇਹ ਤਸਵੀਰਾਂ ਲੱਗੀਆਂ ਹੋਈਆਂ ਨੇ ਜੀ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਐਨੀਮਲਸ ਬਰਡਸ ਦੀਆਂ ਸਟੈਚੂਜ਼ ਲਗਾਏ ਹੋਏ ਨੇ, ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਜਦੋਂ ਵੀ ਸੰਗਤ ਇਸ ਗੁਰਦੁਆਰਾ ਸਾਹਿਬ ਵਿੱਚ ਫਸਟ ਸਟੇ ਕਰਦੀ ਹੈ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਤੋਂ ਚੱਲਣ ਤੋਂ ਬਾਅਦ ਤਾਂ ਬੱਚਿਆਂ ਨੂੰ ਇੱਥੇ ਫੋਟੋਜ਼ ਕਲਿੱਕ ਕਰਾਈਆਂ ਜਾਂਦੀਆਂ ਨੇ, ਵੱਡੇ ਵੀ ਇੱਥੇ ਇਹਨਾਂ ਦੇ ਉੱਤੇ ਬੈਠ ਕੇ ਫੋਟੋਜ਼ ਕਲਿੱਕ ਕਰਾਉਂਦੇ ਨੇ। ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਕੈਮਲ, ਹਾਰਸ, ਪੀਕੌਕ, ਐਲੀਫੈਂਟ ਵਰਗੇ ਬਹੁਤ ਸਾਰੇ ਜਿਹੜੇ ਐਨੀਮਲਸ ਬਰਡ ਨੇ ਉਹ ਇਸ ਜਗ੍ਹਾ 'ਤੇ ਸਟੈਚੂ ਨਾਲ ਲਗਾਏ ਹੋਏ ਨੇ ਜੀ। ਸਾਹਮਣੇ ਜੀ ਕਬੂਤਰ ਰੱਖੇ ਹੋਏ ਨੇ, ਬਣੇ ਰਹੇ ਸਾਡੇ ਨਾਲ, ਅਸੀਂ ਤੁਹਾਨੂੰ ਕਬੂਤਰ ਵੀ ਦਿਖਾਉਂਦੇ ਹਾਂ। ਮਤਲਬ ਬਹੁਤ ਹੀ ਸੋਹਣਾ ਇਹ ਸਥਾਨ ਬਣਿਆ ਹੋਇਆ ਜੀ।
ਆਪਾਂ ਸਭ ਨੇ ਮਿਲ ਕੇ ਜੀ ਇਸ ਸਥਾਨ ਦੇ ਦਰਸ਼ਨ ਕਰ ਲਏ ਨੇ। ਹੁਣ ਆਪਾਂ ਚੱਲਾਂਗੇ ਅਗਲੇ ਸਥਾਨ ਵੱਲ ਨੂੰ ਜੀ, ਅਗਲੇ ਗੁਰਦੁਆਰਾ ਸਾਹਿਬ ਵੱਲ ਨੂੰ ਜੀ। ਆਪਾਂ ਜਾ ਰਹੇ ਹਾਂ ਅੱਜ ਨਾਨਕ ਝੀਰਾ ਸਾਹਿਬ ਨੂੰ ਜੀ, ਜਿੱਥੇ ਸਾਡੇ ਪਾਤਸ਼ਾਹ ਨੇ ਪਾਣੀ ਦਾ ਸੋਮਾ ਪ੍ਰਗਟ ਕੀਤਾ ਜੀ। ਉਹ ਆਪਣੀ ਗੱਡੀ ਖੜ੍ਹੀ ਆ, ਬੰਦੇ ਸੰਗਤ ਆਪਣੀ ਆ ਰਹੀ ਆ, ਗੱਡੀ ਦੇ ਵਿੱਚ ਬੈਠ ਰਹੀ ਆ। ਚੱਲਦੇ ਹਾਂ ਜੀ ਫਿਰ ਆਪਾਂ। ਸੰਗਤ ਹੋਰ ਵੀ ਦੇਖੋ ਆ ਰਹੀ ਆ, ਪਹਿਲਾਂ ਸਟੇ ਉਰੇ ਕਰਦੀ ਆ ਸੰਗਤ, ਲੰਗਰ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਅੱਗੇ ਨੂੰ ਰਵਾਨਾ ਹੋ ਜਾਂਦੀ ਆ ਜੀ। ਚੱਲਦੇ ਹਾਂ ਆਪਾਂ ਵੀ ਜੀ। ਇਹ ਆਪਾਂ ਹੁਣ ਸਟੇ ਕਰਾਂਗੇ ਦੂਸਰੀ ਜਗ੍ਹਾ ਦੇ ਉੱਤੇ ਜੀ। ਇਹ ਗੁਰਦੁਆਰਾ ਮਾਤਾ ਭਾਗ ਕੌਰ ਜੀ ਦੇ ਨਾਮ ਦੇ ਉੱਤੇ ਬਣਿਆ ਹੋਇਆ ਜੀ, ਜਨਵਾੜਾ, ਜ਼ਿਲ੍ਹਾ ਬਿਦਰ। ਇਹ ਕਰ ਗਏ ਐਂਟਰ ਜੀ ਆਪਾਂ।